ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰੀ ਦੁਨੀਆ ਨੂੰ ਮੈਨੂੰ ਨਹੀਂ ਲੱਗਦਾ ਕਿ ਇਹ ਸਿੱਖਿਆ ਦੇਣ ਦੀ ਜਾਂ ਕੋਈ ਇੰਨਾ ਸਮਝਦਾਰ ਹੈਗਾ ਕਿ ਕਿਸੇ ਨੂੰ ਕੋਈ ਸਮਝਦਾਰੀ ਦਾ ਪਾਠ ਪੜ੍ਹਾ ਸਕੇ। ਪਰ ਇੱਕ ਮੈਂ ਕੱਲ੍ਹ ਦੀ ਜੇ ਘਟਨਾ ਸ਼ੇਅਰ ਕਰਾਂ ਤਾਂ ਕੱਲ੍ਹ ਰਾਤੀ 12:30 ਵਜੇ ਦਾ ਵਕਤ ਹੋਏਗਾ ਅਤੇ ਅਸੀਂ ਹੋਸਪਿਟਲ ਦੇ ਬਾਹਰ ਖੜ੍ਹੇ ਸੀ ਕੁਦਰਤੀ, ਅਤੇ ਇੱਕ ਫੋਨ ਆਉਂਦਾ 12:30 ਵਜੇ ਕਿ ਇੱਕ ਬੱਚਾ ਬਹੁਤ ਸੀਰੀਅਸ ਹੈ ਅਤੇ ਹੋਸਪਿਟਲ ਵਾਲੇ ਬਿਨਾਂ ਰੁਪਈਆਂ ਤੋਂ ਐਡਮਿਟ ਨਹੀਂ ਕਰ ਰਹੇ, ਤੁਸੀਂ ਹੋਸਪਿਟਲ ਆਓ। ਅਤੇ ਅਸੀਂ ਕੁਦਰਤੀ ਹੋਸਪਿਟਲ ਦੇ ਬਾਹਰ ਖੜ੍ਹੇ ਸੀਗੇ ਅਤੇ ਬਾਹਰ ਖੜ੍ਹੇ ਖੜ੍ਹੇ ਸੀ 2 ਮਿੰਟ 'ਚ ਅੰਦਰ ਜਾ ਰਹੇ ਹਾਂ ਤਾਂ ਇੱਕ 12 ਸਾਲ ਦੇ ਮੁੰਡੇ ਦੀ ਮੌਤ ਹੋਈ ਨਜ਼ਰ ਆ ਰਹੀ ਹੈ। ਇਹ ਮੈਂ ਕੋਈ ਤੁਹਾਡੇ ਨਾਲ ਮਨ ਘੜਨ ਕਹਾਣੀ ਨਹੀਂ ਬਿਆਨ ਕਰ ਰਿਹਾ, ਮੈਂ ਆਪਣੇ ਨਾਲ ਹੱਡ ਬੀਤੀ ਇਹ ਹੱਥਾਂ ਨੇ ਇਹ ਅੱਖਾਂ ਨੇ ਕੱਲ੍ਹ ਰਾਤੀ 12:30 ਵਜੇ ਇੰਸੀਡੈਂਟ ਦੇਖਿਆ। ਔਰ ਇਹ ਗੱਲ ਤੋਂ ਇਹ ਜ਼ਾਹਿਰ ਹੁੰਦਾ ਕਿ ਅੱਜ ਵੀ ਪੰਜਾਬ ਦੇ ਵਿੱਚ ਕਈ ਬੱਚੇ ਐਸੇ ਨੇ ਜਿਨ੍ਹਾਂ ਨੂੰ ਅਸੀਂ ਪੈਸਿਆਂ ਕਰਕੇ ਨਹੀਂ ਬਚਾ ਪਾਉਂਦੇ। ਕਈ ਇਗਜ਼ਾਮਪਲਾਂ ਮੈਂ ਤੁਹਾਨੂੰ ਇਹਨਾਂ 'ਚੋਂ ਮਰੀਜ਼ਾਂ ਦੇ ਵੀ ਦਿਖਾਵਾਂਗਾ, ਪਰ ਅਸੀਂ ਧੰਨਵਾਦੀ ਹਾਂ ਅੱਜ ਵੀਰ ਜੀ ਉਹਨਾਂ ਦਾ ਸਾਰਾ ਪਰਿਵਾਰ ਅੱਜ USA ਤੋਂ ਆਏ ਨੇ ਸੇਵਾ ਕਰਨ, ਅਤੇ ਅਸੀਂ ਇਹਨਾਂ ਦੇ ਜੇ ਸਾਰੀ ਜ਼ਿੰਦਗੀ ਵੀ ਹੀਣੀ ਰਹੀਏ ਤਾਂ ਅਸੀਂ ਇਹਨਾਂ ਦਾ ਇੱਕ, ਚਲੋ ਵਾਹਿਗੁਰੂ ਨੇ ਇਹਨਾਂ ਨੂੰ ਇੰਨੀ ਸਮੱਤ ਬਖਸ਼ੀ ਕਿ ਅੱਜ ਇਹ ਆਪਣਾ ਦਸਵੰਧ ਲੈ ਕੇ ਅੱਜ ਕਿੰਨੇ ਸਾਰੇ ਮਰੀਜ਼ਾਂ ਦੀ ਮਦਦ ਕਰਕੇ ਜਾ ਰਹੇ ਨੇ। ਅਸਲ ਦੇ ਵਿੱਚ ਜੇ ਜ਼ਿਆਦਾ ਕੌੜੀ ਭਾਸ਼ਾ ਦੇ ਵਿੱਚ ਕਹਾਂ ਤਾਂ ਬੜਿਆਂ ਦਾ ਘਰ ਉੱਜੜਨ ਨੂੰ ਬਚਾ ਕੇ ਚੱਲੇ ਨੇ। ਜਿਹੜੀ ਮੈਂ ਕੱਲ੍ਹ ਦੀ ਗੱਲ ਕਰ ਰਿਹਾ, ਕੱਲ੍ਹ ਇੱਕ ਬੱਚਾ 12 ਸਾਲ ਦਾ ਵੀਰੂ ਜੀ ਦਾ ਨਾਮ ਉਹਦੇ ਭਰਾ ਨੇ ਉਹਨੂੰ ਹੱਥ 'ਚ ਫੜਿਆ ਹੋਇਆ ਔਰ ਉਹ ਚੀਕਾਂ ਮਾਰ ਮਾਰ ਕੇ ਜਦੋਂ ਰੋ ਰਿਹਾ ਸੀ ਤਾਂ ਦਿਮਾਗ ਦੇ ਵਿੱਚ ਇੱਕੋ ਗੱਲ ਚੱਲ ਰਹੀ ਸੀ ਕਿ ਸਿਸਟਮ ਦਾ ਬਣੂਗਾ ਕੀ। ਇੱਕ 12 ਸਾਲ ਦਾ ਬੱਚਾ ਹੱਥ ਦੇ ਵਿੱਚ ਚੁੱਕਿਆ ਹੋਇਆ, ਸਵੇਰ ਤੋਂ ਸਿਵਲ ਦੇ ਵਿੱਚ ਧੱਕੇ ਖਾ ਲਏ, ਸਿਵਲ ਤੋਂ ਬਾਅਦ ਸ਼ਾਮੀ CMC ਹੋਸਪਿਟਲ ਲੈ ਗਏ। CMC ਵਾਲੇ ਨੇ ਕਿਹਾ 10-15 ਹਜ਼ਾਰ ਰੁਪਏ ਖਰਚਾ, ਉਸ ਪਰਿਵਾਰ ਕੋਲ ਇੰਨਾ ਪੈਸਾ ਨਹੀਂ ਕਿ ਉੱਥੇ ਐਡਮਿਟ ਕਰਾ ਸਕੇ। ਐਂਡ ਦੇ ਵਿੱਚ ਜਦੋਂ ਆ ਕੇ ਉਹਨੇ ਦਮ ਆਪਣੇ ਮੋਲ ਟਾਊਨ 'ਚ ਤੋੜੇ ਤਾਂ ਉਹਦੀ ਅੱਖਾਂ 'ਚ ਦੇਖ ਕੇ ਆਪਣੇ ਇਨਸਾਨ ਹੋਣ ਦੇ ਨਾਤੇ ਸਾਨੂੰ ਸ਼ਰਮ ਆਈ ਕਿ ਆਪਾਂ ਇਨਸਾਨ ਹਾਂ। ਸ਼ਾਇਦ ਜੇ ਉਹ ਬੱਚਾ ਕੱਲ੍ਹ ਐਡਮਿਟ ਹੋ ਜਾਂਦਾ ਤਾਂ ਉਹ ਬੱਚੇ ਦੀ ਮੌਤ ਨਾ ਹੁੰਦੀ। ਇਹਦੇ ਵਿੱਚ ਮੈਂ ਜ਼ਿੰਮੇਦਾਰ ਕਿਸੇ ਇੱਕ ਸੰਸਥਾ ਵਾਲੇ ਨੂੰ ਜਾਂ ਇੱਕ ਬੰਦੇ ਨੂੰ ਨਹੀਂ ਠਹਿਰਾਉਂਦਾ, ਕਿਉਂਕਿ ਸਾਡੇ ਸਿਸਟਮ ਦੇ ਇਹ ਹਾਲਾਤ ਨੇ ਕਿ ਐਮਰਜੈਂਸੀ ਜਦੋਂ ਕਿਸੇ ਪੇਸ਼ੈਂਟ ਨੂੰ ਕੁਝ ਹੁੰਦਾ, ਕਿਸੇ ਗਰੀਬ ਘਰ ਦਾ ਬੱਚਾ, ਕਿਸੇ ਲੋੜਵੰਦ ਘਰ ਦਾ ਬੱਚਾ, ਕਿਸੇ ਅਮੀਰ ਘਰ ਦਾ ਵੀ ਬੱਚਾ ਜਦੋਂ ਹੋਸਪਿਟਲ ਦੇ ਵਿੱਚ ਐਡਮਿਟ ਹੋਣ ਲਈ ਐਮਰਜੈਂਸੀ ਦਾਖਲ ਹੁੰਦਾ ਤਾਂ ਬਿਨਾਂ ਰੁਪਈਆਂ ਤੋਂ ਉਹਦੀ ਬੁੱਕਤ ਨਹੀਂ ਪੈਂਦੀ। ਸਾਰੇ ਇਸ ਚੀਜ਼ ਦੇ ਤੁਸੀਂ ਗਵਾਹ ਹੋ। ਸਾਰੇ ਜਿਹੜੇ ਹਾਲਾਤ ਨੇ ਤੁਸੀਂ ਸਮਝ ਸਕਦੇ ਹੋ। ਇਹ ਤਾਂ ਬਸ ਜਦੋਂ ਤੁਸੀਂ ਆਪਣੇ ਕਿਸੇ ਗਵਾਂਢੀ ਦਾ, ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਕਰਨ ਜਾਂਦੇ ਹੋ ਹੋਸਪਿਟਲ 'ਚ, ਉਦੋਂ ਹੀ ਤੁਹਾਨੂੰ ਨਜ਼ਰ ਆਉਂਦਾ ਕਿ ਹਾਲਾਤ ਕੀ ਨੇ। ਅੱਜ ਵੀਰ ਜੀ ਉਹਨਾਂ ਦਾ ਧੰਨਵਾਦ, ਮੈਂ ਜੇ ਸਾਰੀ ਵੀਡੀਓ 'ਚ ਵੀ ਕਰੀ ਜਾਵਾਂ ਤਾਂ ਉਹ ਵੀ ਧੰਨਵਾਦ ਥੋੜ੍ਹਾ ਕੀ ਹਾਲਾਤ ਨੇ। ਇੱਕ ਭੈਣ ਦੇ ਘਰ ਵਾਲੇ ਦੇ ਪੈਰ ਦੇ ਵਿੱਚ ਕੀੜੇ ਪੈ ਗਏ ਔਰ ਉਹਨਾਂ ਕੋਲ ਹੋਸਪਿਟਲ ਤੱਕ ਜਾਣ ਲਈ ਐਂਬੂਲੈਂਸ ਜੋਗੇ ਪੈਸੇ ਹੈ ਨਹੀਂ। ਸੋਚੋ ਹਾਲਾਤ ਸਾਡੇ ਸੁਸਾਇਟੀ ਦੇ ਕੀ ਹੋ ਚੁੱਕੇ ਨੇ। ਇੱਕ ਭਰਾ ਆਪਣੇ ਭਰਾ ਨੂੰ ਦੂਜੇ ਨੂੰ ਘਰ ਲੈ ਕੇ ਬੈਠਾ ਕਿ ਉਹ 1 ਸਾਲ ਪਹਿਲਾਂ ਉਹਦੇ ਸਰੀਰ ਦੇ ਵਿੱਚ ਇੱਕ ਕੱਪੜੇ ਨੂੰ ਅੱਗ ਲੱਗਣ ਕਰਕੇ ਉਹਦੇ ਸਰੀਰ ਦੀ ਸਾਰੀ ਜਿਹੜੀ ਮਾਸ ਹੈ ਉਹ ਸੜ ਗਿਆ ਔਰ 1 ਸਾਲ ਤੋਂ 3 ਗੁੱਡੀਆਂ ਦੇ ਨਾਲ ਉਹ ਬੰਦਾ ਘਰੇ ਬਹਿ ਰਿਹਾ। ਹਰ ਰਾਤ ਉਹਦੀ ਇੱਦਾਂ ਦੀ ਲੰਘ ਰਹੀ ਹੈ ਕਿ ਬਿਨਾਂ ਹੰਝੂਆਂ ਤੋਂ ਪਰਿਵਾਰ ਸੌਂਦਾ ਨਹੀਂ। ਔਰ ਉਹਨਾਂ ਨੂੰ ਐਡਮਿਟ ਕਰਾਇਆ ਹੋਸਪਿਟਲ ਦੇ ਵਿੱਚ, ਜੋ ਵੀ ਖਰਚਾ ਹੋਇਆ ਸਾਰਾ ਡੋਨਰਾਂ ਵੱਲੋਂ ਹੋ ਰਿਹਾ ਸੀ, ਕੌਣ ਆ ਕਰਨ ਵਾਲੇ। ਸੁਣਿਆ ਤਾਂ ਅਸੀਂ ਸਾਰਿਆਂ ਨੇ ਹੀ ਹੈ ਕਿ ਕਰੇ ਕਰਾਵੇ ਆਪੇ ਆਪ, ਕੁਛ ਨਹੀਂ ਹੈ ਮਨਸ ਕੇ ਹੱਥ, ਪਰ ਅਮਲ ਕੌਣ ਕਰ ਰਿਹਾ। ਅਸਲ ਦੇ ਵਿੱਚ ਜੋ ਗੁਰੂ ਸਾਹਿਬ ਵੱਲੋਂ ਸਿਖਾਈ ਗਈ ਸਿੱਖਿਆ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਔਰ ਸਭ ਤੋਂ ਬੁਰਾ ਹਾਲ ਕਹਿੰਦੇ ਹੋਏ ਸ਼ਰਮ ਆ ਰਹੀ ਹੈ, ਸਭ ਤੋਂ ਬੁਰਾ ਹਾਲ ਹੀ ਇਸ ਚੀਜ਼ ਦਾ ਮਨੁੱਖਤਾ ਦਾ। ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਪੰਜਾਬ ਦੇ ਵਿੱਚ ਇੱਕ ਹੈਲਥ ਸਿਸਟਮ ਇੰਨਾ ਕੁ ਬੇੜਾ ਗਰਕਿਆ ਹੋਇਆ ਕਿ ਅੱਜ ਜੇ ਰੋਡ 'ਤੇ ਕੋਈ ਐਕਸੀਡੈਂਟ ਹੋ ਜਾਵੇ ਤੁਸੀਂ ਬਿਨਾਂ ਪੈਸਿਆਂ ਤੋਂ ਉਹਨੂੰ ਹੋਸਪਿਟਲ ਲੈ ਕੇ ਜਾਓ, ਐਡਮਿਟ ਨਹੀਂ ਹੋਣਗੇ। ਇੱਕ ਆ ਵੀਰ ਜੀ ਦਾ ਕੇਸ ਸੀ, ਇਹਨਾਂ ਦੀ ਬੇਟੀ 9 ਸਾਲ ਦੀ ਰਹੀ ਆ। ਪਰਸੋਂ ਜਦੋਂ ਹੋਸਪਿਟਲ ਦੇ ਵਿੱਚ ਐਮਰਜੈਂਸੀ, ਸਾਰੇ ਲੁਧਿਆਣੇ ਦੇ ਹੋਸਪਿਟਲਾਂ ਵਿੱਚ ਧੱਕੇ ਖਾ ਕੇ ਸਾਨੂੰ ਰਾਤੀ ਮਿਲਣ ਆਏ, 8 ਵਜੇ ਦਾ ਸਾਡਾ ਮਿਲਣ ਦਾ ਵਕਤ ਸੀ ਅਤੇ ਮਿਲਣ ਆਏ, ਮਰੀਜ਼ ਨਾਲ ਹੀ ਚੱਕਿਆ ਹੋਇਆ ਔਰ ਮਰੀਜ਼ ਇੰਨਾ ਸੀਰੀਅਸ, ਡਾਕਟਰ ਕਹਿੰਦੇ ਜੇ ਅਗਲੇ 2 ਘੰਟੇ 'ਚ ਅਨਮੋਲ ਇਹਨੂੰ ਐਡਮਿਟ ਨਾ ਕਰਾਇਆ ਤਾਂ ਇਹਨੂੰ ਕੁਛ ਵੀ ਹੋ ਜਾਣਾ। ਇਹ ਪਰਿਵਾਰ ਐਸਾ ਸੀ ਕਿ ਜਿਨ੍ਹਾਂ ਦੀ ਜੇਬ 'ਚ 1,000 ਰੁਪਏ ਦਾ ਵੀ, 2,000 ਰੁਪਏ ਦਾ ਵੀ ਨੋਟਿਸ ਨਹੀਂ ਸੀ ਕਿ ਇਹ ਦਵਾਈਆਂ ਲੈ ਸਕਣ। ਡਾਕਟਰਾਂ ਨੇ ਕਿਹਾ ਕਿ ਇਹਦੇ 1% ਬਚਣ ਦੇ ਚਾਂਸ ਹੈ, ਜੇ ਇਹਨਾਂ ਨੂੰ ਲੈ ਕੇ ਜਾਣਾ ਲੈ ਜਾਓ। ਪੇਸ਼ੈਂਟ ਦੀ ਹਾਲਤ ਇੰਨੀ ਸੀਰੀਅਸ ਸੀ ਔਰ ਅਸਲ ਦੇ ਵਿੱਚ ਅਸੀਂ ਉਹ ਸੁਸਾਇਟੀ 'ਚ ਰਹਿ ਰਹੇ ਜਿੱਥੇ ਕਿਹਾ ਜਾਂਦਾ ਕਿ ਧੀਆਂ ਬਚਾਓ ਅਤੇ ਧੀਆਂ ਪੜਾਓ ਅਤੇ ਧੀਆਂ ਦਾ ਇਲਾਜ ਵੀ ਤਾਂ ਕਰਾਓ। ਅੱਜ ਕਿੱਥੇ ਇਲਾਜ ਸਾਡੇ ਇੱਥੇ ਸਿਸਟਮ ਦਾ? ਉਹ ਬੇਟੀ ਜੀ ਅੱਜ ਤੜਪ ਤੜਪ ਕੇ ਨਾ ਦੁਨੀਆਂ 'ਚ ਨਾ ਰਹਿੰਦੀ, ਅਤੇ ਇਹਦੀ ਜ਼ਿੰਮੇਦਾਰ ਕੌਣ ਸੀ? ਜ਼ਿੰਮੇਦਾਰ ਅਸੀਂ ਲੋਕ ਸੀ ਜਿਨ੍ਹਾਂ ਕੋਲ ਸਭ ਕੁਝ ਹੁੰਦੇ ਹੋਏ ਵੀ ਅੱਜ ਅਸੀਂ ਉਹ ਬੰਦੇ ਨੂੰ ਲਾਉਂਦੇ ਛੱਡਤਾ। ਕੀ ਹੋਇਆ ਸੀ ਵਾਰੀ ਤੁਹਾਡੀ ਬੇਟੀ ਨੂੰ? ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਸੀਗਾ ਵੀ ਇਹ ਬਚਣ ਵਾਲੀ ਨਹੀਂ ਹੈਗੀ। ਸਭ ਤੋਂ ਪਹਿਲਾਂ ਤੁਸੀਂ ਕਿਹੜੇ ਹੋਸਪਿਟਲ ਲੈ ਕੇ ਗਏ? ਪਹਿਲਾਂ ਗਏ ਅਸੀਂ ਇੱਧਰ ਆਪਣਾ ਜੈਨ ਹੋਸਪਿਟਲ ਗਏ ਹਾਂ, ਫਿਰ ਲੇਖੀ ਦੇ ਗਏ ਹਾਂ। ਸਾਰਿਆਂ ਨੇ ਜਵਾਬ ਦਿੱਤਾ? ਸਾਰਿਆਂ ਨੇ ਘੱਟੋ ਘੱਟ 4-5 ਹਸਪਤਾਲਾਂ ਨੇ ਜਵਾਬ ਦੇ ਦਿੱਤਾ। ਅੱਛਾ, ਫਿਰ ਮੈਂ ਇੱਥੇ ਆਇਆ ਸੀਗਾ ਅਤੇ ਤੁਹਾਡੇ ਨਾਲ ਗੱਲ ਕੀਤੀ ਸੀਗੀ। ਤੁਹਾਡੇ ਕੋਲ ਜੇਬ 'ਚ ਕੁਛ ਵੀ ਨਹੀਂ ਸੀਗਾ ਐਡਮਿਟ ਕਰਾਉਣਾ? ਨਹੀਂ ਭਾਜੀ, ਕੁਛ ਵੀ ਨਹੀਂ ਸੀਗਾ ਮੇਰੀ ਜੇਬ ਉਸ ਟਾਈਮ। ਜਿਹੜੇ ਮਾਹੌਲ 'ਚ ਭਾਜੀ ਅਸੀਂ ਖੜੇ ਸੀ, ਪਰਮਾਤਮਾ ਵੱਲੋਂ ਭੇਜੇ ਗਏ ਮਨੁੱਖਾਂ ਨੇ ਇਹਨਾਂ ਨੂੰ ਕੱਢ ਕੇ 10,000 ਰੁਪਏ ਫੜਾ ਤਾ। ਉਹ ਸ਼ਖਸ ਨਾਗਪੁਰ ਤੋਂ ਮੁੰਡਾ ਆਇਆ ਸੀਗਾ ਸੇਵਾ ਕਰਨ, ਨਾਗਪੁਰ ਤੋਂ ਮੁੰਡਾ
सचिन भरा साडा शायद वीडियो देख रहा होवे, उन्हें खड़े खड़े देखा कि मरीज इन्ना सीरियस, उन्हें 10,000 रुपया कढ़िया देता कि अज वह 10,000 रुपया नाल जे मरीज बच गया यह परिवार उदों तक दवावां दूगा जो तक रहूगा। क्यों नहीं इलाज करा रहे थी तुसीं सर? पैसे दी ओ जी की शॉर्टेज। की काम करदे हो तुसीं? मासूमियत सच्चाई इनी की इन्हां नूं दवाई चाहीदी सी ते दूसरी दवाई किसने लेके दी थी पहले दवाई आपको? किसी ने लेके दी थी? किसी ने इन्हां दी मदद करती है दवाई दी तो दवाई गलत चल गई, अज वो भैन दवाई मोड़न लगी कि आपके पास कहीं और किसी के काम आ जाएगी दे दो। और ये भैन मलोर मलेरकोटले तो स्पेशल अपने कैप्सूल लैन आती, घर के पति नूं कैंसर है तो कैंसर की किराए पर रहिंदे, दवाइया चल दी 7,000 रुपए की दवाइया चल दी। मेरे गल दसो अज जे खबर कोई वीडियो तो बन जाए ना, पिछे एक खबर चली सी कि एक मरीज घर के पिया पिया सुसाइड कर गया कि वो को लाज जोगे पैसे नहीं सी, और साडे करके ओदियां वीडियो सब तो ज्यादा शेयर करते हैं, सब तो ज्यादा असीं तमाशबीन आ क्योंकि सानूं मसाला चाहिए। अज जे वह पत्नी अपने पति नूं बचाण वास्ते तुहाडी कुछ मदद मांग रही है, कोई असीं उहनूं गरीब नहीं कहांगे, कोई असीं उहनूं इह नहीं कहांगे कि अज अज की पता अज वह दिन उहदे ते कल नूं साडे ते होवे, पर साडे वर्गी दिक्कत पता की अज जिहदे कोल पैसा है ना, सॉरी भाजी मैं गल कर रहा, अज करोड़पति बंदा भी ना, जे मैनूं करोड़पति बंदे नूं भी मैं कहां कि तू इमेजिन कर कि एक साल बाद तेरे ते ऐसा दिन आवे कि तेनूं मंगना पै जावे, वह शायद मेरे से हाथ चुकन लग जाए कि आह दिन नहीं मेरे से आना, क्योंकि कमंड तो अपने आप से अपने पैसे तो सरूर ही है ना कि असी सोच भी नहीं सकते कि कल नूं अपने बच्चों की दवाई मंगनी पै जाए। पर एक गल का जवाब दो कि जो तुम अज किसी की दवाई से मदद कर रहे हो, परमात्मा ना करे कल नूं ते दिन आवे तुहाडे लई भी दवाई लई कोई खड़िया होगा, पर जे अज तुसीं तमाशबीन बन के बैठे हो घरे किसी की मदद नहीं कर रहे तो वह दिन दूर नहीं जो तुहानूं भी लोड़ है तो बाकियों ने तमाशबीन बनना। अज वीर जी ने सेवा करना आए ने, मैं वीर जी ने भी कहूँगा वीर जी जरूर थोड़ा जहा वक्त लो तो दसो तुम इतने की देखा कि मरीजों के हालात ने कि अपने बच्चों अपने मापिया बचाने लिए तड़प रहे ने। हाँ जी वाहू खालसा वाहू जी फतेह। मैं अनमोल कातरा जी का यूट्यूब तो मैं देखता रहना इनका, तो रात ही मैं बैठा हुआ सी थोड़ी मैं न्यूज़ सुनी तो मैं सही लगी कि इतने अपना चलिए सवेरे लुधियाना साहब, तो इस करके असं आए हैं तो अपना सोचा सी भी जोड़े मरीज ने जिन्हें जरूरत है उन्होंने मदद करिए, तो वाहगुरु ने कराई है सेवा, तो बस वाहगुरु इस तरह सेवा करा रहे वाहगुरु। दीदी तुम कुछ कहना चाहोगे? दीदी तुम कुछ कहना चाहोगे? कि लग्या जी थो अज सानू बहुत वधिया लग्या, वाहिगुरु ने सानू इवें दी हिम्मत बख्शी, वाहिगुरु सच्चे पातशाह ने आप सेवा करवाई ते असीं कीती ते इवें साडे कोल करवांदे रहण, असीं इस बच्चे का बहुत शुक्रिया करने आ जिहड़े समाज वास्ते इन्ना कुछ कर रहा वे, ते वाहिगुरु सच्चे पातशाह एवें बच्चों उत्तम बख्शे ते इस बच्चे ते मेहर भरिया हथ रखे ते उत्तम बख्शे ते सच्चे पातशाह साडे कोल दसवंत पटवा के सेवा करवांदा रहे जरूर अनंत तक पहुँचाता रहे। वाहिगुरु खालसा वाहिगुरु। इस शहर नहीं, मैं बेसिकली बाहर लुधियाने से ही, मैं 10 साल तो इतों USA चला गया, पर जो अच्छा देखे ये हेल्प कर रहे हैं बहुत, वाहगुरु जी खालसा वाहगुरु जी बहुत वधिया उपराला जी। तुम देखो लुधियाना छड्डे नूं 10 साल हो गए पर अज भी उन्होंने अखों के लुधियाना ही वसदा, अज ये सारा परिवार तुम जिन्ना पिछे खड़े देख रहे हो ना मरीजों का, आह बंदे तो लैके बहुत जिन्होंने अपने हार्ट का इलाज कराना पटियाले जाने जोगा 500 रुपये किराया है नहीं, नाल वाइफ ने तो नाल आया पैना, आप बंदे ने सवेरे अपने बच्चे की कीमो करानी तो 5,000 रहनी, ये अज जिनी भी सेवा तुसी देख रहे हो ये परिवार वालों हुई, इन्होंने मनना नहीं, चलो ये कह रहे हैं वाहगुरु ने भेजी है, पर मेरे लिए परमात्मा ये ने जो कौड़ी जी सच्ची जी गल है, मैं परमात्मा को भाजी कभी देखा नहीं, मेरे लिए तो परमात्मा वो है जिहड़ा इन्हां दा साथ दे रहा, ये मरीज इतने खड़ के रो रहे हैं कुरला रहे हैं पैरों च पै रहे हैं, बच्चे बचा लो तुसी दसो मैं कित्थे अरदास करां, मैं तो हाथ जोड़ के ही अरदास कर सकदा, मेरे लिए परमात्मा तुसी हो, मैं परमात्मा थोड़े जी देखे इन्हें जी देखे कि वीर जी अच्छ 10 साल छड़े हो गए लुधियाने USA तो आए हैं, USA तो बह के देखो तुम इन्होंने पिछले जो परिवार खड़े ने किन्या के घर उजड़ों बचाते हैं, बैठे हो वाहगुरु जी इन्होंने उन्होंने इन्हें दिमाग पाया, पर तुम देखो किस हालात चो परिवार लंघ रहे हैं, वो पिछले साढ़े को बाबा जी खड़े ने अपने आटो से मरीज को लैके आए थी, लत्त का ऑपरेशन उन्होंने आटो से मरीज को लैके आए थे, बारिश पै रही थी, फिल्मों के जो इदा का सीन हो ना रोना आ जाता कि फिल्मों में मैं तो तुम असली सीन दिखाना, ये लाइव दिखाना लाइव असली हालात अपने सोसाइटी के
ਸਾਰਾ ਨਹੀਂ ਅਸੀਂ ਕਰ ਸਕਦੇ, ਜਿੰਨੇ ਮਰੀਜ਼ ਅਸੀਂ ਸਾਰਿਆਂ ਦਾ ਨਹੀਂ ਕਰ ਸਕਦੇ, ਪਰ ਜਿੰਨਾ ਹੋ ਰਿਹਾ ਉਨਾ ਕੁ ਤਾਂ ਕਰ ਰਹੇ ਹਾਂ। ਘਰੇ ਬਹਿ ਕੇ ਘੱਟੋ ਘੱਟ ਤਮਾਸ਼ਬੀਨ ਤਾਂ ਨਹੀਂ ਬਣ ਕੇ ਬੈਠੇ ਕਿ ਕਿੰਨੇ ਕੁ, ਦੇਖੋ ਕਿੱਥੇ ਇਲਾਜ, ਉਹਨਾਂ ਦੀ ਬੇਟੀ ਹੈ, ਉਹਨਾਂ ਦਾ ਘਰ ਵਾਲਾ, ਉਹਨਾਂ ਦਾ ਹਸਬੈਂਡ ਹੈ, ਉਹ ਪਿੱਛੇ ਭੈਣ ਖੜੀ, ਉਹਨਾਂ ਦੀ ਮਾਤਾ ਹੈ, ਉਹ ਚਾਰ ਭੈਣਾਂ ਦੇ ਵਿੱਚ ਆਹ ਪਰਿਵਾਰ ਖੜਾ। ਬਾਊ ਜੀ ਆਹ ਪਰਿਵਾਰ ਦੇ ਘਰ ਪੰਜ ਜੀ ਰਹਿੰਦੇ ਨੇ ਔਰ ਚਾਰ ਬਿਮਾਰੀ ਨਾਲ ਘਿਰੇ ਹੋਏ ਨੇ। ਇਸ ਲੇਡੀ ਨੇ ਆਪਣੇ ਘਰ ਦਾ ਕੀ ਨਹੀਂ ਵੇਚਿਆ ਆਪਣੇ ਬੱਚਿਆਂ ਦੇ ਇਲਾਜ ਵਾਸਤੇ, ਕਹਿ ਗਹਿਣੇ ਵੇਚਤੇ, ਕਰਜ਼ਾ ਚੱਕ ਲਿਆ, ਔਰ ਜਦੋਂ ਇਹਨਾਂ ਨੂੰ ਕਹਿਣਾ ਪੈਂਦਾ ਨਾ ਕਿ ਅੱਜ ਡੋਨਰ ਹੈ ਨਹੀਂ, ਤੁਸੀਂ ਰਹਿਣ ਦਿਓ, ਸਾਡਾ ਆਪਦਾ ਰੋਣਾ ਨਿਕਲ ਜਾਂਦਾ ਕਿ ਆਪਣੇ ਬੱਚੇ ਨਾਲ ਥੈਲੇਸੀਮੀਆ ਦੇ ਪੇਸ਼ੈਂਟ ਨੇ, ਔਰ ਕਿੰਨਾ ਕੁ ਰੁਪਈਆ ਇੱਥੇ ਰੋਜ਼ ਚਾਹੀਦਾ। ਔਰ ਬਾਊ ਜੀ ਤੁਹਾਨੂੰ ਲੱਗਦਾ ਲੁਧਿਆਣਾ ਸ਼ਹਿਰ ਇੰਨਾ ਗਰੀਬ ਹੈ ਕਿ ਇਹਨਾਂ ਦੀ ਮਦਦ ਨਹੀਂ ਕਰ ਸਕਦਾ? ਕਿਉਂ ਨਹੀਂ ਅਸੀਂ ਸਾਰੇ ਇਹ ਹੁਕਮ ਸੋਚ ਕੇ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਮੈਂ ਕਹਿੰਦਾ ਮੈਂ ਆਪਣੇ ਵੀਰ ਜੀ ਨੂੰ ਬਹੁਤ ਪਿਆਰ ਕਰਦਾ, ਪਰ ਮੇਰਾ ਵੀਰ ਕਹਿੰਦਾ ਵੀਰੇ ਇਨਸਾਨੀਅਤ ਦੀ ਸੇਵਾ ਕਰ, ਉਹ ਮੈਂ ਕਰਦਾ ਨਹੀਂ, ਮੈਂ ਕਾਹਦਾ ਪਿਆਰ ਕਰਨਾ ਆਪਣੇ ਵੀਰ ਨੂੰ? ਅਸੀਂ ਸਾਰੇ ਆਪਣੇ ਗੁਰੂ ਸਾਹਿਬ ਨੂੰ ਬਹੁਤ ਪਿਆਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰੇ ਸਿੱਖਦੇ ਹਾਂ, ਉਹਨਾਂ ਵਿੱਚ ਹੀ ਲਿਖਿਆ ਹੋਇਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਅਸੀਂ ਕਿਉਂ ਨਹੀਂ ਮੰਨ ਰਹੇ ਉਹਨਾਂ ਦੀ ਗੱਲ? ਸੇਵਾ ਕਰੋ, ਅਤੇ ਮੇਰੇ ਵੱਲੋਂ ਇੱਕ ਬੇਨਤੀ ਹੈ, ਜੋ ਇਹਨਾਂ ਦੇ ਵਿਊ ਦਿੰਦੇ ਹੋ, ਜਿਹੜਾ ਚੰਗਾ ਕੰਮ ਕਰਦਾ ਉਹਨੂੰ ਤੁਸੀਂ ਉਹਦੀਆਂ ਲੱਤਾਂ ਖਿੱਚਦੇ ਹੋ, ਅਤੇ ਜਿਹੜੇ ਬਾਬੇ ਨੇ ਉਹ 3 ਕਰੋੜਾਂ ਦੀ ਫੇਰੀ ਮਾਰ ਕੇ ਆਉਂਦੇ ਨੇ USA ਦੇ ਵਿੱਚ, ਉਹ ਕਿਸੇ ਦੀ ਸੇਵਾ ਨਹੀਂ ਕਰਦੇ ਇੱਥੇ, ਅਤੇ ਸੇਵਾ ਉਹ ਕਰਦੇ ਨੇ ਜਿਸ ਤਰ੍ਹਾਂ ਇਹਨਾਂ ਵਰਗੇ ਸੰਤ ਬਲਵੀਰ ਸਿੰਘ ਸੀਚੇ ਵਾਲੇ ਜਦੋਂ ਹੜ੍ਹ ਆਏ ਉਹਨਾਂ ਦੇ ਅਸੀਂ ਦੇਖਿਆ, ਆਪ ਜਾ ਕੇ ਖੁਦ ਉਹਨਾਂ ਨੇ ਉਹਨਾਂ ਨੂੰ ਖਾਣਾ ਪਹੁੰਚਾਇਆ, ਪਾਣੀ ਪਹੁੰਚਾਇਆ, ਸਭ ਕੁਝ ਕੀਤਾ। ਅਤੇ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਤੁਸੀਂ ਉਹਦੀਆਂ ਲੱਤਾਂ ਖਿੱਚਦੇ ਹੋ ਸੇਵਾ ਕਰਨ ਦੀ ਬਜਾਏ। ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ, ਜਿਹੜਾ ਕੋਈ ਸੇਵਾ ਕਰੇ ਉਹਨੂੰ ਹੋਰ ਉਤਸ਼ਾਹ ਦਿਓ, ਹੱਲਾ ਸ਼ਰਾ ਦਿਓ, ਉਹਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਮਿਲਾ ਕੇ ਉਹਦੀ ਮਦਦ ਕਰੋ, ਥੋੜ੍ਹੀ ਥੋੜ੍ਹੀ ਵੀ ਮਦਦ ਕਰੋ ਤਾਂ ਕਿੱਥੇ ਜਾਂਦੀ ਹੈ, ਜਿੰਨੀ ਕਰ ਸਕਦੇ। ਲੁਧਿਆਣਾ 1 ਰੁਪਿਆ ਵੀ ਰੋਜ਼ ਕੱਢਣ ਜੀ ਤਾਂ ਮਹੀਨੇ ਦੇ 30 ਰੁਪਏ ਹੁੰਦੇ ਆ। ਦੀਦੀ ਤੁਸੀਂ ਇੱਧਰ ਆਈ, ਮੇਰੇ ਕੋਲ ਤਾਂ ਬਾਬਾ ਜੀ ਸਟੋਰੀਆਂ ਇੰਨੀਆਂ ਕਿ ਮਤਲਬ ਅਸੀਂ ਇਹ ਤਾਂ ਦਿਖਾਉਂਦੇ ਹਾਂ ਕਿ ਉੱਠਣ। ਅੱਜ ਇੱਕ ਵੀਰ ਮੇਰੇ ਕੋਲ ਆਇਆ ਮਿਲਣ ਮੈਨੂੰ, ਅਤੇ ਵੀਰਾ ਮੈਨੂੰ ਹੱਥ ਮਿਲਾ ਕੇ ਮਿਲਿਆ, ਕਹਿੰਦਾ ਵੀਰੇ ਪਛਾਣਿਆ? ਮੈਂ ਕਿਹਾ ਹਾਂਜੀ ਹਾਂਜੀ ਵੀਰੇ ਪਛਾਣਿਆ। ਕਹਿੰਦੇ ਵੀਰੇ ਤੁਹਾਨੂੰ ਬੜੇ ਫੋਨ ਕੀਤੇ, ਤੁਸੀਂ ਫੋਨ ਨਹੀਂ ਚੱਕਿਆ, ਇੱਕ ਮਰੀਜ਼ ਦੀ ਮਦਦ ਨਹੀਂ ਕੀਤੀ, ਚਲੋ ਹਾਰ ਕੇ ਫਿਰ ਅਸੀਂ ਕਰਤੀ। ਮੈਂ ਕਿਹਾ ਵੀਰੇ ਇੱਕ ਗੱਲ ਦੱਸ, ਜੇ ਉਹ ਵੀ ਮਰੀਜ਼ ਦੀ ਮਦਦ ਪਰਮਾਤਮਾ ਇਸ ਸੰਸਥਾ ਵੱਲੋਂ ਲੈ ਲੈਂਦਾ ਤਾਂ ਤੂੰ ਕੀ ਕਰਦਾ? ਤਾਂ ਤੂੰ ਤਾਂ ਵਿਹਲਾ ਬਹਿੰਦਾ। ਤਾਂ ਵੀਰਾ ਸ਼ਰਮੋ ਸ਼ਰਮੀ ਹੋ ਕੇ ਸਿਰ ਥੱਲੇ ਕਰਕੇ ਚਲਾ ਗਿਆ। ਮਾਰਨ ਤਾਂ ਟਾਂਚ ਆਇਆ ਸੀ ਕਿ ਟਾਂਚ ਮਾਰ ਦੇਵਾਂ ਕਿ ਤੂੰ ਆਹ ਮਦਦ ਕੀਤੀ ਨਹੀਂ ਮਰੀਜ਼ ਦੀ। ਉਹ ਪਤੰਦਰੋ ਜਿੰਨੇ ਮਰੀਜ਼ਾਂ ਦੀ ਹੋਗੀ ਉਹੀ ਦੇਖ ਲਓ, ਸਾਰਿਆਂ ਦਾ ਤਾਂ ਮੈਂ ਕਦੀ ਵੀ ਨਹੀਂ ਕਿਹਾ ਕਿ ਮੈਂ ਪੂਰੇ ਪੰਜਾਬ ਦੇ ਮਰੀਜ਼ ਠੀਕ ਕਰਤੇ, ਪਰ ਜਿੰਨੇ ਕੁ ਕਰਤੇ ਉਹ ਤਾਂ ਮੂਹਰੇ ਖੜੇ ਨੇ ਇਹਨਾਂ ਦੇ ਪੇਸ਼ੈਂਟ। ਤੁਸੀਂ ਕੱਲ੍ਹ ਆਏ ਸੀ ਮੇਰੇ ਕੋਲ, ਪਰਸੋਂ ਆਏ ਸੀ? ਕੱਲ੍ਹ ਇਸ ਭੈਣ ਦੀ ਅੱਖਾਂ 'ਚ ਆਂਸੂ ਸੀ ਕਿ ਮੇਰੇ ਘਰ ਵਾਲੇ ਦੇ ਲੱਤ ਦੇ ਵਿੱਚ ਜ਼ਖਮ ਹੋ ਗਿਆ ਔਰ ਸਾਹਮਣੇ ਕੀੜੇ ਚੱਲਦੇ ਪਏ, ਮੈਂ ਕੀ ਕਰਾਂ? ਔਰ ਅੱਜ ਇਹ ਆਏ ਨੇ ਕਿ ਵੀਰ ਜੀ ਮੇਰਾ ਇਲਾਜ ਹੋ ਗਿਆ, ਪੱਟੀ ਹੋ ਗਈ, ਕੀੜੇ ਸਾਰੇ ਨਿਕਲ ਗਏ। ਦੇਖੋ ਉਹਨਾਂ ਦੇ ਸ਼ਕਲਾਂ 'ਤੇ ਖੁਸ਼ੀਆਂ, ਇਹਨਾਂ ਦੇ ਪਰਿਵਾਰ ਬਚਦੇ ਨੇ। ਇੱਥੇ ਇੱਕ ਪਰਿਵਾਰ ਬੈਠਾ ਹੋਇਆ, ਹੋਸਪਿਟਲ ਭੇਜਤਾ ਉਹਨਾਂ ਨੂੰ ਉੱਥੇ ਐਡਮਿਟ ਕਰਾਉਣ ਵਾਸਤੇ। ਹਾਂਜੀ ਹਾਂਜੀ ਬਾਊ ਜੀ, 3 ਕੁੜੀਆਂ ਨਾਲ ਵਿਚਾਰੀਆਂ, ਔਰ ਵਿਚਾਰੀ ਮਾਂ ਤੜਪਦੀ ਵੀ ਦਰਦ ਨਾਲ। ਆਪਾਂ ਨੂੰ ਕੰਪਲੇਂਟ ਨਹੀਂ ਕਰਨੀਆਂ ਚਾਹੀਦੀਆਂ ਇੱਕ ਦੂਜੇ ਨਾਲ ਕਿ ਵੀਰੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਸੁਸਾਇਟੀ ਦਾ ਜਿੰਨਾ ਕੁ ਖਲੇਰਾ ਹੈਗਾ ਇਕੱਠੇ ਹੋ ਕੇ ਸਾਰੇ ਜੁੜੋ ਅਤੇ ਕਰੋ। ਉਹ ਵੀਰ ਜੀ ਵੀ USA ਤੋਂ ਆਏ ਨੇ ਅੱਜ, ਉਹਨਾਂ ਕੋਲ ਵੀ ਜਿੰਨਾ ਹੋਇਆ ਉਹਨੇ ਆਪਣਾ ਕੀਤਾ। ਉਹ ਵੀਰ ਜੀ ਆਏ ਨੇ 5ਵੀਂ 6ਵੀਂ ਵਾਰ ਸੇਵਾ ਕਰਨ ਆ ਚੁੱਕੇ ਨੇ। ਵੀਰ ਜੀ ਖੜੇ ਨੇ ਪਿਛਲੇ 3 ਘੰਟੇ ਤੋਂ। ਆਹ ਵੀਰ ਜੀ ਕਿੱਥੋਂ ਆਏ ਵੀਰ ਤੁਸੀਂ? ਦੇਖੋ ਬਾਊ ਜੀ, ਕਰਨਾਲ ਹਰਿਆਣੇ ਤੋਂ ਸੇਵਾ ਕਰਨ ਆ ਗਏ ਹੋ, ਉਹਨਾਂ ਨੂੰ ਵੀ ਕੁਛ ਦਿਖਿਆ ਹੋਏਗਾ। ਅਸੀਂ ਵੀ ਅੰਬਾਲੇ ਤੋਂ ਆਏ ਜੀ, ਅੰਬਾਲੇ ਤੋਂ ਆਏ ਵੀਰ ਜੀ ਸੇਵਾ ਕਰਨ। ਵੀਰੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਆਪੇ ਆਪਾਂ ਕੁਆਤਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਇਹ ਲੋਕਾਂ ਵਾਸਤੇ ਇੰਨਾ ਕੁਛ ਕਰਦੇ ਨੇ। ਬਸ ਆਪਾਂ ਇੰਨੇ ਕਹਿਣਾ ਚਾਹੇਂਗੇ ਕਿ ਇਹ ਸਾਡੇ ਵੱਲੋਂ ਜਿੰਨੀ ਹੋਏਗੀ ਆਪਾਂ ਉਨਾ ਕਰਾਂਗੇ। ਸਾਡੀ ਵੀ ਬੇਨਤੀ ਹੈ ਕਿ ਜ਼ਰੂਰ ਜਿਸ ਹਿਸਾਬ ਨਾਲ ਮਰੀਜ਼ ਹੈਗੇ ਨੇ, ਅਸੀਂ ਸਾਰਾ ਨਹੀਂ ਤਾਂ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਜ਼ਰੂਰ ਆਪਣੇ ਵੱਲੋਂ ਕਰੀਏ। ਦਸਵੰਧ ਪੇਸ਼ੈਂਟਾਂ ਲਈ ਲੈ ਕੇ ਆਈਏ, ਉਹਨਾਂ ਨੂੰ ਮਿਲੀਏ, ਉਹਨਾਂ ਦੇ 2-4 ਮਿੰਟ ਹਾਲ ਪੁੱਛਣ ਵਾਲੇ ਅੱਧਾ ਮਰੀਜ਼ ਤਾਂ ਉਦੋਂ ਹੀ ਠੀਕ ਹੋ ਜਾਂਦਾ ਜਦੋਂ ਕੋਈ ਆ ਕੇ ਉਹਨਾਂ ਦਾ ਹਾਲ ਪੁੱਛਦਾ। ਉਹਦਾ ਕੀ ਫਾਇਦਾ ਕਿ ਇੱਕ ਅੱਖਾਂ ਦੇ ਮੂਹਰੇ ਮਰੀਜ਼ ਤੜਪ ਰਿਹਾ। ਕੱਲ੍ਹ ਆਪਣੀ ਅੱਖਾਂ ਦੇ ਮੂਹਰੇ ਮੈਂ ਮਰੀਜ਼ ਪੈਸਿਆਂ ਕਰਕੇ ਮਰਦਾ ਦੇਖਿਆ, ਆਪਣੀ ਅੱਖਾਂ ਦੇ ਮੂਹਰੇ ਗਵਾਹ ਵਾਂ। ਇਸ ਤੋਂ ਵੱਡੀ ਗਵਾਹੀ ਦੁਨੀਆਂ 'ਚ ਕੋਈ ਚਾਹੀਦੀ ਹੈ ਕਿ ਮੈਂ ਸਿਸਟਮ 'ਤੇ ਇੰਨੇ ਕੁ ਫਿੱਟੇ ਮੂੰਹ ਹੈ ਕਿ ਮੈਂ ਆਪ ਗਵਾਹ ਵਾਂ ਕਿ ਮਰੀਜ਼ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਬਿਨਾਂ ਰੁਪਈਆਂ ਤੋਂ ਮਰ ਰਿਹਾ। ਇਸ ਤੋਂ ਵੱਡੀ ਗੱਲ ਕੀ ਵਰਡਿੰਗ ਸੁਣਨੀ ਹੈ? ਤੁਸੀਂ ਘਰ ਦੇ ਵਿੱਚ ਬੈਠੇ ਪਰਮਾਤਮਾ ਨੂੰ ਪੂਜ ਰਹੇ ਹੋ, ਇਹ ਵੀ ਗੱਲ ਕੰਨ 'ਚ ਨਾਲ ਪਾ ਕੇ ਰੱਖੀ ਹੋ ਕਿ ਉਹੀ ਪਰਮਾਤਮਾ ਵੱਲੋਂ ਬਣਾਏ ਗਏ ਮਨੁੱਖ ਅੱਜ ਬਿਨਾਂ ਰੁਪਈਆਂ ਤੋਂ ਮਰ ਰਹੇ ਨੇ। ਉਹਨਾਂ ਨੂੰ ਇਹ ਨਾ ਕਹੋ ਕਿ ਉਹ ਭੁਗਤ ਰਹੇ ਨੇ, ਉਹਨਾਂ ਨੂੰ ਇਹ ਕਹੋ ਕਿ ਤੁਹਾਨੂੰ ਪਰਮਾਤਮਾ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਤੁਸੀਂ ਸੇਵਾ ਤੋਂ ਭੱਜ ਰਹੇ ਹੋ। ਕੀ ਤੁਹਾਡੇ ਨੋਟਾਂ ਦੇ ਕਾਗਜ਼ਾਂ ਨਾਲ ਜੇ ਇੱਕ ਛੋਟਾ ਬੱਚਾ ਬਚਦਾ ਉਹਦੇ 'ਚ ਤੁਹਾਡਾ ਕੀ ਚੱਲ ਜੂਗਾ ਯਾਰ? ਉਹ ਬੱਚਾ ਦੁਨੀਆਂ ਦੇਖ ਲੂਗਾ। ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੋ, ਮੈਂ ਆਪਣੇ ਭੈਣ ਭਰਾ ਨੂੰ ਬਹੁਤ ਪਿਆਰ ਕਰਦਾ, ਮੇਰੇ ਮਾਂ ਬਾਪ ਮੈਨੂੰ ਬਹੁਤ ਕਰਦੇ ਆ। ਕੀ ਉਹਨਾਂ ਦੇ ਮਾਂ ਬਾਪ ਉਹਨਾਂ ਨੂੰ ਪਿਆਰ ਨਹੀਂ ਕਰਦੇ?
ਕਿ ਉਹਨਾਂ ਕੋਲ 5-10,000 ਰੁਪਇਆ ਜੋ 9 ਸਾਲ ਦੀ ਬੇਟੀ ਜੇ ਬਚੀ ਹੈ ਤਾਂ ਡੋਨਰ ਪੈਸਾ ਦੇ ਕੇ ਗਏ ਨੇ ਤਾਂ ਬਚੀ ਹੈ। ਪੈਸਾ ਨਾ ਦੇ ਕੇ ਜਾਂਦੇ ਇਲਾਜ ਨਾ ਹੁੰਦਾ, ਨਾ ਉਹ ਬੰਦੇ ਦੀ ਸੁਣਵਾਈ ਹੋਣੀ ਸੀ, ਨਾ ਕਿਸੇ ਮੀਡੀਆ ਚੈਨਲ ਨੇ ਦਿਖਾਉਣਾ ਸੀ ਕਿ ਪੈਸਿਆਂ ਕਰਕੇ ਮੌਤ ਹੋ ਗਈ। ਕੋਈ ਮੀਡੀਆ ਚੈਨਲ ਦਿਖਾਉਂਦਾ ਕਿ ਪੈਸਿਆਂ ਕਰਕੇ ਮੌਤ ਹੋ ਗਈ? ਅਸੀਂ ਰੋਜ਼ ਦਿਖਾਉਂਦੇ ਹਾਂ। ਤਾਂ ਇੰਨੀਆਂ ਕੁ ਬੇਨਤੀਆਂ ਮੇਰੀਆਂ, ਜ਼ਰੂਰ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਇੱਦਾਂ ਦੇ ਪਰਿਵਾਰਾਂ ਨੂੰ ਜ਼ਰੂਰ ਪਰਮਾਤਮਾ ਸਮੱਤ ਬਖਸ਼ਣ ਕਿ ਇਹ ਸੇਵਾ ਕਰਨ ਆਉਂਦੇ ਰਹੇ, ਇਹਨਾਂ ਦੀ ਸੇਵਾ ਵਿੱਚ ਬਰਕਤ ਪਾਉਣ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਵੀਰ ਵੀ ਅੱਜ ਆਇਆ, ਕਿੱਥੋਂ ਮੇਰੀ ਤੁਸੀਂ? ਹੁਸ਼ਿਆਰਪੁਰ। ਇਹ ਬੰਦਾ ਹੁਸ਼ਿਆਰਪੁਰ ਤੋਂ ਸੇਵਾ ਕਰਨ ਆਇਆ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਵੀ ਪੇਸ਼ੈਂਟ ਦੇ ਵਿੱਚ ਮਦਦ ਹੋਈ, ਜਿੰਨੇ ਵੀ ਡੋਨਰ ਆਏ। ਅਤੇ ਜ਼ਰੂਰ ਤੁਸੀਂ ਸੰਸਥਾ ਨਾਲ ਜੁੜੇ ਰਹੋ, ਅਤੇ ਜਿੰਨਾ ਕੁ ਮਰੀਜ਼ਾਂ ਦੀ ਮਦਦ ਹੋ ਸਕਦੀ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰੋ। ਨੰਬਰ ਸਾਡਾ ਹੈਗਾ 7888968849। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।